ਬੇਰੁਜ਼ਗਾਰੀ ਵੱਧ ਗਈ ਬਹੁਤ ਜ਼ਿਆਦਾ, ਮਹਿੰਗਾਈ ਵੀ ਬਹੁਤ ਵੱਧ ਗਈ। ਪੁੱਛੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਹੁਤ ਜ਼ਿਆਦਾ ਵੱਧ ਗਈਆਂ। ਪਾਣੀ ਧਰਤੀ ਚ ਥੱਲੇ ਚਲਿਆ ਗਿਆ ਜੀ ਬਹੁਤ ਜ਼ਿਆਦਾ। ਤੁਸੀਂ ਸਵਾਲ ਉਹ ਪੁੱਛੋ ਜਿਹੜੇ ਪੰਜਾਬ ਨਾਲ ਰਿਲੇਟਡ ਨੇ। ਨਵਜੋਤ ਸਿੰਘ ਸਿੱਧੂ ਹਾਂਜੀ, ਆ ਫਲਾਨਾ ਖਹਿਰਾ, ਇਹ ਸਵਾਲ ਪੰਜਾਬ ਦੇ ਨਹੀਂ ਹੈਗੇ। ਭਾਵੇਂ ਕਿ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਪੱਧਰ ਤੇ ਪੰਜਾਬ ਵਿੱਚ ਆਪਣੀਆਂ ਸਿਆਸੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਪਰ ਇਸ ਦੇ ਬਾਵਜੂਦ ਆਮ ਲੋਕਾਂ ਤੋਂ ਲੈ ਕੇ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਵੀ ਲੱਗੀਆਂ ਹੋਈਆਂ ਹਨ। ਸਭ ਤੋਂ ਵੱਧ ਨਜ਼ਰ ਆਮ ਆਦਮੀ ਪਾਰਟੀ ਦੀ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਉੱਪਰ ਆਪਣੇ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇ ਕਿ ਪਿਛਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਂਡ ਨਾਲ ਆਪਣੀ ਮੀਟਿੰਗ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਇਸ ਚਰਚਾ 'ਤੇ ਵਿਰਾਮ ਲੱਗ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਕਿਸੇ ਹੋਰ ਪਾਰਟੀ ਵਿੱਚ ਸ਼ਮੂਲੀਅਤ ਕਰਨਗੇ। ਪਰ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਦਿੱਤੇ ਗਏ ਸੱਦੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਕਿਆਸਰਾਈਆਂ ਲੱਗ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਉੱਪਰ ਆਮ ਆਦਮੀ ਪਾਰਟੀ ਵੱਲੋਂ ਡੋਰੇ ਪਾਉਣਾ ਜਾਰੀ ਹੈ ਅਤੇ ਸਿੱਧੂ ਆਉਂਦੇ ਸਮੇਂ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਵੀ ਸਕਦੇ ਹਨ। ਇਹੀ ਕਾਰਨ ਹੈ ਕਿ ਭਗਵੰਤ ਮਾਨ ਹੁਣ ਪਹਿਲਾਂ ਨਾਲੋਂ ਵੱਧ ਸਰਗਰਮ ਹੁੰਦੇ ਵਿਖਾਈ ਦੇ ਰਹੇ ਹਨ। ਹਾਲਾਂਕਿ ਬੀਤੇ ਦਿਨੀ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਉਹ ਵੀ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਆਉਣ 'ਤੇ ਵੈਲਕਮ ਕਰਦੇ ਹਨ ਅਤੇ ਉਹ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਦੇ ਫੈਨ ਵੀ ਹਨ। ਪਰ ਇਸੇ ਦੌਰਾਨ ਹੀ ਜਦ ਮੀਡੀਆ ਨੇ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਕੋਲੋਂ ਹੋਰ ਸਵਾਲ ਪੁੱਛਣੇ ਚਾਹੇ ਤਾਂ ਭਗਵੰਤ ਮਾਨ ਨੇ ਕਿਵੇਂ ਟਾਲਮਟੋਲ ਕੀਤਾ, ਤੁਸੀਂ ਆਪ ਹੀ ਦੇਖੋ। ਮੈਂ ਚਾਹੁੰਦਾ ਕਿ ਨਵਜੋਤ ਸਿੱਧੂ ਦੇਖੋ ਇਜ਼ ਅ ਡੈਮ ਓਨੈਸਟ ਪਰਸਨ, ਕੋਈ ਉਹਤੇ ਦਾਗ ਨਹੀਂ। ਕ੍ਰਿਕਟ ਦੇ ਵਿੱਚ ਵੀ ਮੈਂ ਤਾਂ ਉਹਦਾ ਫੈਨ, ਸੋ ਮੈਂ ਤਾਂ ਅੱਜ ਵੀ ਉਹਦਾ ਡੈਮ ਓਨੈਸਟ ਪਰਸਨ, ਮੈਂ ਅੱਜ ਵੀ ਉਹਦਾ ਫੈਨ ਰਹੂੰਗਾ। ਅਤੇ ਜੇ ਨਵਜੋਤ ਜੀ ਸਾਡੇ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਵੈਲਕਮ। ਬੇਰੁਜ਼ਗਾਰੀ ਬਹੁਤ ਵੱਧ ਗਈ ਹੈ, ਬੇਰੁਜ਼ਗਾਰੀ ਵੱਧ ਗਈ ਬਹੁਤ ਜ਼ਿਆਦਾ, ਮਹਿੰਗਾਈ ਵੀ ਬਹੁਤ ਵੱਧ ਗਈ। ਪੁੱਛੋ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਹੁਤ ਜ਼ਿਆਦਾ ਵੱਧ ਗਈਆਂ। ਪਾਣੀ ਧਰਤੀ ਚ ਥੱਲੇ ਚਲਿਆ ਗਿਆ ਜੀ ਬਹੁਤ ਜ਼ਿਆਦਾ। ਤੁਸੀਂ ਸਵਾਲ ਉਹ ਪੁੱਛੋ ਜਿਹੜੇ ਪੰਜਾਬ ਨਾਲ ਰਿਲੇਟਡ ਨੇ। ਨਵਜੋਤ ਸਿੰਘ ਸਿੱਧੂ ਹਾਂਜੀ, ਆ ਫਲਾਨਾ ਖਹਿਰਾ, ਇਹ ਸਵਾਲ ਪੰਜਾਬ ਦੇ ਨਹੀਂ ਹੈਗੇ। ਪੰਜਾਬ ਦੇ ਸਵਾਲ ਨੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਪਾਣੀ ਥੱਲੇ ਚਲਾ ਗਿਆ। ਮੈਂ ਕਹਿਤਾ, ਆਲਰੇਡੀ ਕਹਿਤਾ, ਦੇਖੋ ਨਵਜੋਤ ਸਿੱਧੂ, ਭਗਵੰਤ ਮਾਨ, ਸੁਖਪਾਲ ਖਹਿਰਾ ਪੰਜਾਬ ਦੇ ਮੁੱਦੇ ਨਹੀਂ ਹੈਗੇ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਉਹ ਆਮ ਆਦਮੀ ਪਾਰਟੀ ਵਿੱਚ ਸਵਾਗਤ ਤਾਂ ਕਰਨਾ ਚਾਹੁੰਦੇ ਹਨ, ਪਰ ਨਵਜੋਤ ਸਿੰਘ ਸਿੱਧੂ ਨੂੰ ਜ਼ਿਆਦਾ ਹੀਰੋ ਵੀ ਨਹੀਂ ਵੇਖਣਾ ਚਾਹੁੰਦੇ। ਬਿਊਰੋ ਰਿਪੋਰਟ, ਪੰਜਾਬ ਟੂਡੇ।